ਸਾਨੂੰ ਹੋਰ ਕਿਸੇ ਕਿਸਮ ਦਾ ਕੋਈ ਡਰ ਖਤਰਾ ਨਹੀਂ ਹੈ ਕਿਉਂਕਿ ਸਾਡੀ ਸਰਕਾਰ ਤੇ ਸਾਡੀ ਸੈਨਾਵਾਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਸਾਨੂੰ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦੇਣਗੀਆਂ ਸਾਡੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਬਸ ਸਾਨੂੰ ਜ਼ਿਆਦਾਤਰ ਟੈਨਸ਼ਨ ਇਸੇ ਗੱਲ ਦੀ ਹੈ ਕਿ ਸਾਡਾ ਬਹੁਤ ਹੀ ਜ਼ਿਆਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ 5-6 ਦਿਨ ਤੋਂ ਸਾਡੇ ਸਕੂਲ ਨਾ ਲੱਗਣ ਕਾਰਨ ਸਾਡਾ ਅਸੀਂ ਆਪਣਾ ਸਿਲੇਬਸ ਜਿਹੜਾ ਕਵਰ ਨਹੀਂ ਕਰ ਪਾ ਰਹੇ ਅੱਜ 5 ਦਿਨਾਂ ਬਾਅਦ ਸਕੂਲ ਲੱਗਾ ਸਾਡੇ ਪੇਰੈਂਟਸ ਵੀ ਸਾਨੂੰ ਆਉਣ ਦੀ ਆਗਿਆ ਨਹੀਂ ਸੀ ਦੇ ਰਹੇ ਕਿਉਂਕਿ ਜੋ ਸਾਡਾ ਤਣਾਅ ਬਣਿਆ ਹੋਇਆ ਭਾਰਤ ਪਾਕ ਸਰਹੰਦ ਦੇ ਕਾਰਨ ਇਸ ਕਰਕੇ ਸਾਡੇ ਪੇਰੈਂਟਸ ਨੇ ਵੀ ਸਾਨੂੰ ਬਹੁਤ ਹੀ ਮੁਸ਼ਕਿਲ ਨਾਲ ਆਉਣ ਦੀ ਇਜਾਜ਼ਤ ਦਿੱਤੀ ਜੋ ਕਿ 4-5 ਦਿਨਾਂ ਬਾਅਦ ਲੱਗਿਆ ਸਾਨੂੰ ਖੁਸ਼ੀ ਹੈ ਅਸੀਂ ਸਕੂਲ ਆਏ ਅਸੀਂ ਆਪਣਾ ਸਿਲੇਬਸ ਥੋੜ੍ਹਾ ਪੜ੍ਹਿਆ ਪਰ ਸਾਨੂੰ ਇਸ ਗੱਲ ਦਾ ਵੀ ਥੋੜ੍ਹਾ ਜਿਹਾ ਡਰ ਸੀ ਕਿ ਭਾਰਤ ਪਾਕਿਸਤਾਨ ਵਿੱਚ ਜੋ ਤਣਾਅ ਬਣ ਰਹੇ ਹਨ ਉਹਦੇ ਚੱਲਦੇ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਪਰ ਹੁਣ ਸਾਨੂੰ ਆਪਣੀ ਸੈਨਾ 'ਤੇ ਪੂਰਾ ਇਤਬਾਰ ਹੈ ਕਿ ਉਹ ਸਾਡੀ ਜਿਹੜੀ ਇਸ ਮਾਹੌਲ ਨੂੰ ਕਾਬੂ ਕਰ ਲੈਣਗੇ ਅਤੇ ਸਾਨੂੰ ਸਕੂਲ ਆਉਣ ਵਿੱਚ ਕੋਈ ਹੁਣ ਤਕਲੀਫ ਨਹੀਂ ਹੋਏਗੀ ਖੋਲਣ ਦੀ ਸਾਨੂੰ ਸੂਚਨਾ ਪ੍ਰਸ਼ਾਸਨ ਵੱਲੋਂ ਅੱਜ ਰਾਤ 8:30 ਵਜੇ ਪ੍ਰਾਪਤ ਹੋਈ ਹੈ ਅਤੇ ਸਾਰੇ ਅਧਿਆਪਕਾਂ ਨੂੰ ਇਹਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਅਸੀਂ ਸਾਰਾ ਸਟਾਫ ਹਾਜ਼ਰ ਹੋ ਗਿਆ ਪਰ ਬੱਚੇ ਅਜੇ 40-50 ਹੀ ਆਏ ਨੇ ਔਰ ਅੱਜ ਕਲਾਸ ਇੰਚਾਰਜ ਜਿਹੜੇ ਨੇ ਹਰ ਬੱਚੇ ਦਾ ਸਾਡੇ ਕੋਲ ਕੰਟੈਕਟ ਨੰਬਰ ਮੌਜੂਦ ਹੈ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਜਾਏਗਾ ਔਰ ਸਾਨੂੰ ਆਸ਼ਾ ਹੈ ਕਿ ਕੱਲ੍ਹ ਤੱਕ ਵੱਧ ਤੋਂ ਵੱਧ ਬੱਚੇ ਜਿਹੜੇ ਸਕੂਲ ਦੇ ਵਿੱਚ ਹਾਜ਼ਰ ਹੋ ਜਾਣਗੇ ਅਤੇ ਸਾਡੇ ਇੱਥੇ ਜਿਹੜਾ ਮਾਹੌਲ ਆ ਬਿਲਕੁਲ ਹੁਣ ਨਾਰਮਲ ਵੱਲ ਜਾ ਰਿਹਾ ਆ ਔਰ ਸਰਕਾਰ ਔਰ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਕਿਸੇ ਕਿਸਮ ਦੀ ਵੀ ਦਿੱਕਤ ਜਿਹੜੀ ਆ ਬਾਰਡਰ ਦੇ ਏਰੀਏ ਨੂੰ ਲੋਕਾਂ ਨੂੰ ਨਹੀਂ ਆਉਣ ਦਿੱਤੀ ਗਈ।